ਤੁਹਾਡਾ ਕਹਿਣਾ ਹੈ ਕਿ ਸਾਰਾ ਦੀ ਮੈਰਿਜ ਤੁਹਾਡੇ ਨਾਲ ਹੋ ਚੁੱਕੀ ਹੈ ਔਰ ਇਹ ਚੀਜ਼ ਤੁਸੀਂ ਕਨਫੈਸ ਕਰ ਰਹੇ ਹੋ। ਪਤਾ ਉਹਨੇ ਖੁਦ ਪਿਕਚਰਾਂ ਪਾਈਆਂ ਸੀਗੀਆਂ, ਕਿੰਨੇ ਲੋਕ ਇਦਾਂ ਦੇ ਆ ਜਿਹੜੇ ਉਹਨੂੰ ਸ਼ੁਰੂ ਤੋਂ ਫੋਲੋ ਕਰ ਰਹੇ ਆ। ਕੁਛ ਲੋਕ ਇਦਾਂ ਦੇ ਆ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਜਲੰਧਰ ਘੁੰਮਦਿਆਂ ਨੂੰ ਦੇਖਿਆ, ਰਾਈਟ? ਕੁਛ ਲੋਕ ਇਦਾਂ ਦੇ ਜਿਨ੍ਹਾਂ ਨੇ ਸਾਨੂੰ ਚੰਡੀਗੜ੍ਹ ਘੁੰਮਦੇ ਦੇਖਿਆ ਹੋਇਆ ਇਕੱਠਿਆਂ ਨੂੰ। ਸੋ ਲੋਕਾਂ ਨੂੰ ਪਤਾ ਹੈਗਾ ਵਾ, ਰਾਈਟ? ਤੇ ਉਹ ਸਾਰੇ ਇਹੀ ਕਹਿ ਰਹੇ ਆ, ਜਿੰਨੇ ਵੀ ਕਮੈਂਟ ਆ ਰਹੇ ਆ, ਆਹ ਦੂਜਾ ਕਮੈਂਟ, ਯੈਸ ਵਾ ਅਸੀਂ ਇਹਨਾਂ ਨੂੰ ਦੇਖਿਆ ਹੋਇਆ, ਹਨਾ, ਮੁੰਡਾ ਸੱਚ ਬੋਲ ਰਿਹਾ, ਇਹ ਝੂਠ ਪਤਾ ਨਹੀਂ ਕਿਉਂ ਬੋਲ ਰਹੀ ਆ। ਗੱਲ ਇਹ ਹੈ ਕਿ ਸਾਰਾ ਨੇ ਇਹ ਕਿਉਂ ਕਿਹਾ ਕਿ ਮੈਂ ਸਿੰਗਲ ਹਾਂ? ਉਹ ਹੁਣ ਤਾਂ ਕੈਮਰੇ ਦੇ ਅੱਗੇ ਹੀ ਆ, ਬਿਗ ਬੋਸ ਦੇ ਹਾਊਸ 'ਚ ਆ, ਉੱਥੇ ਜਾ ਕੇ ਪੁੱਛੋ ਜਾਂ ਉਹਦੇ ਕੋਲ ਪੁਛਾਓ, ਜਾਂ ਉੱਥੇ ਗੱਲ ਕਰੋ ਨਾ। ਕੀ ਕਾਰਨ ਹੋਇਆ ਕਿ ਤੁਹਾਨੂੰ ਸਾਰਾ ਤੋਂ ਸੈਪਰੇਟ ਹੋਣਾ ਪਿਆ? ਟੂ ਬੀ ਓਨਸਟ, ਸਾਡੇ ਲਾਈਕ ਮੈਨੂੰ ਵੀ ਨਹੀਂ ਹਾਲੇ ਤੱਕ ਪਤਾ ਐਗਜੈਕਟਲੀ, ਬਟ ਜੋ ਵੀ ਆ ਉਹ ਸੀਗਾ ਫੇਮ। ਤੇ ਹੁਣ ਜੇ ਤੁਹਾਨੂੰ ਮੌਕਾ ਮਿਲੇ ਬਿਗ ਬੌਸ 'ਚ ਜਾਣ ਦਾ ਔਰ ਤੁਹਾਨੂੰ ਕਿਹਾ ਜਾਵੇ ਕਿ ਉੱਥੇ ਜਾ ਕੇ ਤੁਸੀਂ ਕਨਫਰੰਟ ਕਰ ਸਕਦੇ ਹੋ, ਕੀ ਤੁਸੀਂ ਜਾਣਾ ਚਾਹੋਗੇ? ਮੈਂ ਸਿਰਫ ਜਿੱਦਾਂ ਤੁਸੀਂ ਕਿਹਾ ਕਨਫਰੰਟ ਕਰ ਸਕਦੇ, ਹਾਂਜੀ ਕਨਫਰੰਟ ਕਰ ਲੂੰਗਾ, ਤੁਸੀਂ ਜਿੱਥੇ ਮਰਜ਼ੀ ਵਿਖਾ ਦਿਓ ਆਪਾਂ ਕਨਫਰੰਟ ਕਰ ਲੈਂਦੇ ਹਾਂ। ਅਸੀਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੀ ਪਿਕਚਰਸ ਦੇਖੀਆਂ, ਮੈਰਿਜ ਸਰਟੀਫਿਕੇਟ ਦੇਖਿਆ, ਮੈਰਿਜ ਸਰਟੀਫਿਕੇਟ 'ਚ ਨਾਮ ਰਚਨਾ ਦੇ ਵੀ ਲਿਖਿਆ ਹੋਇਆ, ਉਹਦੇ ਫਰੈਂਡ ਸੈਰਾ ਕਹਿੰਦੇ ਹੁੰਦੇ ਸੀਗੇ, ਆਈ ਡੋਨਟ ਨੋ ਕਿ ਉਹ ਆਇਆ ਕਿਤੋਂ ਨਹੀਂ, ਸੋ ਦੈਟਸ ਵਾਈ ਸ਼ੀ ਕੈਪਟ ਦ ਨੇਮ ਸੈਰਾ ਫੋਰ ਕੈਮਰਾ। ਫਿਲਮ ਇੰਡਸਟਰੀ 'ਚੋਂ, ਆਪਣੀ ਪੰਜਾਬੀ ਇੰਡਸਟਰੀ 'ਚੋਂ ਕਿਸੇ ਦਾ ਮੈਸੇਜ ਆਇਆ? ਮੈਮ ਪੰਜਾਬੀ ਇੰਡਸਟਰੀ 'ਚ ਕੋਈ ਕਿਸੇ ਨੂੰ ਸਪੋਰਟ ਨਹੀਂ ਕਰਦਾ, ਟੂ ਬੀ ਓਨੈਸਟ, ਹਨਾ, ਚਾਹੇ ਤੁਸੀਂ ਕੋਈ ਕਿਸੇ ਨਾਲ ਵੀ ਕੰਮ ਕਰ ਲਓ, ਜਿੰਨਾ ਵੀ ਕੰਮ ਕਰ ਲਓ, ਤੁਹਾਨੂੰ ਕੋਈ ਸਪੋਰਟ ਨਹੀਂ ਕਰੂਗਾ। ਤੁਹਾਨੂੰ ਕਿਸ ਤਰ੍ਹਾਂ ਦਾ ਥ੍ਰੈਟ ਆ ਰਿਹਾ, ਫੋਨ ਕਾਲਸ ਆ ਰਹੇ ਆ, ਮੈਸੇਜਸ ਆ ਰਹੇ ਆ, ਕਿਸ ਤਰ੍ਹਾਂ ਨਾਲ ਤੁਹਾਨੂੰ ਅਪਰੋਚ ਕੀਤਾ ਜਾ ਰਿਹਾ? ਕੀ ਆ ਕਿ ਗੱਲ ਇੰਨੀ ਵਾਇਰਲ ਹੋ ਗਈ ਕਿ ਉਹਦੀ ਟੀਮ ਵੱਲੋਂ ਜਾਂ ਕਿਸੇ ਵੱਲੋਂ ਵੀ ਮੈਨੂੰ ਇੱਦਾਂ ਮੈਸੇਜ ਆ ਰਿਹਾ ਕਿ ਨੋ ਕਿ ਇਹ ਕੁਛ ਨਹੀਂ ਹੋਣਾ, ਜੇ ਆ ਉਹ ਆ, ਤੂੰ ਗੱਲ ਬੋਲੀ ਜਾ ਜਿੰਨਾ ਬੋਲਣਾ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਤੇਰਾ ਕੀਤਾ ਹੋਇਆ ਰੈਡੀ, ਤੂੰ ਰੋਟੀ ਜੋਗਾ ਵੀ ਨਹੀਂ ਰਹਿਣਾ, ਜੇ ਆ ਉਹ ਆ, ਇੱਦਾਂ ਦੀਆਂ ਗੱਲਾਂ ਨਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਹਾਂ ਤਾਨਿਆ ਔਰ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਲਾਈਵ ਬਾਲੀਵੁੱਡ ਸਿੰਗਰ ਤੁਸ਼ਾਰ ਕੁਮਾਰ। ਇਹਨਾਂ ਦੇ ਸਾਡੇ ਨਾਲ ਜੁੜਨ ਦੀਆਂ ਦੋ ਵਜ੍ਹਾ ਨੇ, ਇੱਕ ਤਾਂ ਇਹਨਾਂ ਦਾ ਆ ਰਿਹਾ ਗਾਣਾ 21 ਸਾਲ ਔਰ ਇੱਕ ਹੈ ਜੋ ਇਹਨਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਵਿਵਾਦ ਹੈ। ਸਭ ਤੋਂ ਪਹਿਲਾਂ ਤਾਂ ਤੁਸ਼ਾਰ, ਤੁਹਾਡਾ ਵੈਲਕਮ ਹੈ ਦੈਨਿਕ ਸਵੇਰਾ ਟੀਵੀ ਤੇ। ਥੈਂਕ ਯੂ ਫੋਰ ਹੈਵਿੰਗ ਮੀ। ਹਾਊ ਯੂ ਆਰ ਸਪੈਂਡਿੰਗ ਯੋਰ ਡੇ ਟੂਡੇ? ਜਸਟ ਸਟਾਰਟਿੰਗ ਵਿਦ ਯੂ ਗਾਇਸ, ਹਨਾ, ਹਾਲੇ ਤਾਂ ਉੱਠੇ ਹੀ ਆ, ਸਭ ਤੋਂ ਪਹਿਲਾਂ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਆ ਤੇ ਫਿਰ ਲੈਟਸ ਸੀ, ਤੇ ਅੱਜ ਗਾਣਾ ਆ ਰਿਹਾ ਤੇ ਉਹ ਮੇਰੀ ਐਕਸਾਈਟਮੈਂਟ ਹੈ ਜੀ। ਗਾਣਾ ਕਿਹੜਾ ਆ ਰਿਹਾ ਥੋੜਾ ਜਿਹਾ ਸਾਨੂੰ ਦੱਸੋ, ਸਾਡੇ ਫੈਨਸ ਨੂੰ ਵੀ ਦੱਸੋ, ਸਾਡੇ ਫਾਲੋਅਰਸ ਨੂੰ ਦੱਸੋ, ਕਿਹੜਾ ਗਾਣਾ ਹੈ ਤੇ ਉਹ ਕਦੋਂ ਰਿਲੀਜ਼ ਹੋਏਗਾ? ਇਟਸ ਗਾਣਾ ਅੱਜ ਰਾਤੀ ਰਿਲੀਜ਼ ਕਰਨਾ ਤੇ ਗਾਣਾ ਵਾ 21 ਸਾਲ ਲਿਖਿਆ ਵਾ ਸੁੱਚੇ ਦਾ ਤੇ ਮਿਊਜ਼ਿਕ ਆ ਰਾਂਝਾ ਯਾਰ ਦਾ ਤੇ ਬਹੁਤ ਵਧੀਆ ਗਾਣਾ, ਥੋੜਾ ਗੈਂਗਸਟਰ ਰੋਮਾਂਟਿਕ ਬੀਟ ਹੈ ਤੇ ਹੋਪਫੁਲੀ ਸਾਰਿਆਂ ਨੂੰ ਪਸੰਦ ਆਊਗਾ। ਅਸੀਂ ਤੁਹਾਡਾ ਆਲਰੇਡੀ ਗਾਣਾ ਇੱਕ ਬਹੁਤ ਇੰਜੋਏ ਕੀਤਾ ਮੈਡਮ ਜੀ ਕਰਨ ਔਜਲਾ ਦੇ ਨਾਲ। ਥੈਂਕ ਯੂ ਹਾਂਜੀ। ਤੇ ਉਹ ਮੰਨਿਆ ਜਾ ਰਿਹਾ ਸੀ, ਉਹ ਕਿਸੇ ਨੂੰ ਰਿਪਲਾਈ ਕੀਤਾ ਗਿਆ ਹੈ, ਕੀ ਇਹ ਹੁਣ ਜਿਹੜਾ ਨਵਾਂ ਗਾਣਾ ਆ ਰਿਹਾ ਉਹ ਵੀ ਕਿਸੇ ਦੇ ਉੱਤੇ ਹੈ? ਨਹੀਂ ਨਹੀਂ, ਹੁਣ ਜਿਹੜਾ ਆ ਰਿਹਾ ਉਹ ਸਾਰਿਆਂ ਨੂੰ ਲੈ ਕੇ ਆ ਵੀ ਸਭ ਨੂੰ ਪਸੰਦ ਆਊਗਾ। ਉਹ ਵਾਲਾ ਗਾਣਾ ਜਿਹੜਾ ਮੈਡਮ ਜੀ ਸੀਗਾ, ਉਹ ਹੁਣ ਕੀ ਕਰੀਏ, ਸਾਨੂੰ ਚੀਜ਼ਾਂ ਹੀ ਮੈਨੂੰ ਇੱਦਾਂ ਦੀਆਂ ਪਸੰਦ ਆਉਂਦੀਆਂ। ਅੱਗੇ ਮੈਂ ਪਹਿਲਾਂ ਗਾਣਾ ਕੀਤਾ ਸੀ ਚੀਟ, ਉਹ ਵੀ ਸਾਰੇ ਕਹਿ ਰਹੇ ਸੀਗੇ ਕਿਸੇ ਨੂੰ ਰਿਪਲਾਈ ਕਰ ਰਹੇ ਹਾਂ, ਸੋ ਦੈਟਸ ਵਾਈ ਹੁਣ ਥੋੜਾ ਜਿਹਾ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਕਹਿ ਮੈਂ ਕਿਸੇ ਨੂੰ ਰਿਪਲਾਈ ਕੀਤਾ ਹੋਇਆ। ਜੇ ਗੱਲ ਕਰੀਏ ਮੈਡਮ ਜੀ ਗਾਣੇ ਔਰ ਉਹਦੇ 'ਚ ਕਿਹਾ ਜਾ ਰਿਹਾ ਸੀ ਤੁਸੀਂ ਰਿਪਲਾਈ ਕਰ ਰਹੇ ਹੋ ਸਾਰਾ ਗੁਰਪਾਲ ਨੂੰ, ਮੈਂ ਤੁਹਾਨੂੰ ਦੱਸਦਾ ਕਿ ਸਾਰਾ ਗੁਰਪਾਲ ਨੇ ਬਿਗ ਬੋਸ 14 ਦੇ ਵਿੱਚ ਐਂਟਰੀ ਲਈ ਹੈ, ਜਿਸ ਤੋਂ ਬਾਅਦ ਉਹ ਵਿਵਾਦਾਂ 'ਚ ਜੁੜ ਗਏ ਨੇ। ਸਾਰਾ ਨੇ ਅੰਦਰ ਕਿਹਾ ਕਿ ਉਹ ਸਿੰਗਲ ਹੈ, ਬਟ ਤੁਹਾਡਾ ਕਹਿਣਾ ਹੈ ਕਿ ਸਾਰਾ ਦੀ ਮੈਰਿਜ ਤੁਹਾਡੇ ਨਾਲ ਹੋ ਚੁੱਕੀ ਹੈ ਔਰ ਇਹ ਚੀਜ਼ ਤੁਸੀਂ ਕਨਫੈਸ ਕਰ ਰਹੇ ਹੋ, ਇਹ ਪੂਰਾ ਮਾਮਲਾ ਕੀ ਹੈ ਸਾਨੂੰ ਦੱਸੋ। The thing is, ਇਹ ਮਾਮਲਾ ਵਾ ਹੁਣ ਆਪਾਂ
ਠੀਕ ਹੈ ਪਹਿਲਾਂ ਨਾ ਪੰਜਾਬ ਲੈਵਲ ਤੇ ਹਾਂਜੀ ਮੈਂ ਕਿਹਾ ਸੀ, ਠੀਕ ਹੈ ਉਹ ਮੈਨੂੰ ਨਹੀਂ ਪਤਾ ਵੀ ਉਸਨੇ ਕਿਉਂ ਏਦਾਂ ਲੋਕਾਂ ਤੋਂ ਛੁਪਾਇਆ, ਰੀਜ਼ਨ ਕੀ, ਪਹਿਲਾਂ ਉਹਨੇ ਹੀ ਸਾਰੀਆਂ ਨਾ ਫੋਟੋਆਂ ਪਾਈਆਂ ਸੀਗੀਆਂ ਇੰਸਟਾਗ੍ਰਾਮ ਵਗੈਰਾ ਤੇ, ਤੇ ਓਕੇ ਬਾਅਦ ਵਿੱਚ ਜਦੋਂ ਡਿਲੀਟ ਕਰਤੀਆਂ ਇਹਦਾ ਮਤਲਬ ਇਹ ਥੋੜੀ ਕਿ ਲੋਕੀ ਭੁੱਲ ਗਏ ਆ ਉਹ ਚੀਜ਼ਾਂ। ਸੋ ਪੰਜਾਬ ਵਿੱਚ ਆਲਰੇਡੀ ਸਾਰਿਆਂ ਨੂੰ ਪਤਾ ਹੀ ਸੀਗਾ, ਠੀਕ ਹੈ। ਸੋ ਕੀ ਹੋਇਆ ਫਿਰ ਮੈਨੂੰ ਮੈਸੇਜਿਸ ਆਉਂਦੇ ਸੀਗੇ 2 ਸਾਲ ਪਹਿਲਾਂ, ਸੋ ਲਾਈਕ ਦੋ ਦੋ ਢਾਈ ਸਾਲ ਪਹਿਲਾਂ, ਯਾਰ ਯੂ ਨੋ ਏਦਾਂ ਹੀ ਹੋ ਗਈ ਗੱਲਬਾਤ, ਅਸੀਂ ਇੰਸਟਾਗ੍ਰਾਮ ਤੇ ਲਾਈਵ ਜਾ ਕੇ ਮੈਂ ਕੁਛ ਏਦਾਂ ਕਹਿਤਾ, ਉਹ ਚੀਜ਼ ਵਾਇਰਲ ਹੋ ਗਈ ਉਦੋਂ ਪੰਜਾਬ ਵਿੱਚ, ਰਾਈਟ, ਤੇ ਸਾਰਿਆਂ ਨੂੰ ਪਤਾ ਲੱਗ ਗਿਆ। ਐਂਡ ਦੈਨ ਉਸ ਤੋਂ ਬਾਅਦ ਵੀ ਉਹਨੇ ਡਿਨਾਈ ਕਰਤਾ ਕਿ ਹਾਂ ਵੀ ਇਹੀ ਝੂਠ ਬੋਲ ਰਿਹਾ, ਤੇ ਲਾਈਕ ਮੈਂ ਕਿਹਾ ਚਲੋ ਛੱਡੋ ਯੂ ਨੋ ਕਿ ਆਪਾਂ ਲੈਟਸ ਜਸਟ ਲੀਵ ਇਟ, ਯੂ ਨੋ ਜੋ ਵੀ ਹੋਇਆ ਦੈਟਸ ਇਟ। ਲੋਕੀ ਮੈਨੂੰ ਕਹਿ ਗਏ ਓਕੇ ਆ ਅਕਸੈਪਟਡ ਇਟ। ਫਿਰ ਕੀ ਹੋਇਆ, ਹੁਣ ਹੁਣ ਉਹ ਚਲੇ ਗਏ ਬਿਗ ਬੋਸ, ਰਾਈਟ। ਸੋ ਜਿੱਦਾਂ ਹੀ ਉਹ ਬਿਗ ਬੋਸ 'ਚ ਗਏ, ਉਹ ਵਾਲੀਆਂ ਆਈ ਡੋਨਟ ਨੋ ਕਿ ਕਿੱਦਾਂ ਕੀ ਹੋਇਆ। ਸੋ ਆਈ ਵਾਸ ਸਲੀਪਿੰਗ, ਰਾਈਟ, ਮੈਂ ਸੋ ਰਿਹਾ ਸੀ ਜਦੋਂ ਇਹ ਹੋਇਆ, ਤੇ ਲਾਈਕ ਜਿੱਦਾਂ ਹੀ ਮੈਂ ਸਵੇਰੇ ਨੈਕਸਟ ਡੇ ਵੋਕ ਅਪ ਤੇ ਕੀ ਹੋਇਆ, ਲੋਕਾਂ ਦੇ ਮੈਸੇਜਸ ਲਾਈਕ ਓ ਬ੍ਰੋ ਤੇਰਾ ਇਹ ਹੋ ਗਿਆ, ਤੇਰੇ ਪਾਸ ਉਹ, ਆਈ ਡੋਨਟ ਨੋ ਕਿੱਦਾਂ ਫਿਰ ਦੁਬਾਰਾ ਵਾਇਰਲ ਹੋਈ ਚੀਜ਼। ਆਈ ਥਿੰਕ ਕੀ ਹੋਇਆ ਕਿ ਲਾਈਕ ਜਦੋਂ ਕੋਈ ਬਿਗ ਬੋਸ 'ਚ ਜਾਂਦਾ, ਲਾਈਕ ਵਾਟ ਆਈ ਵਾਸ ਟੋਲਡ ਜਦੋਂ ਮੈਂ ਇੰਟਰਵਿਊ ਕੀਤੀ, ਸਾਨੂੰ ਪਤਾ ਵੀ ਨਹੀਂ ਸੀ ਕੌਣ ਆ, ਰਾਈਟ, ਤੇ ਆਈ ਮੀਨ ਸ਼ੀ ਵਾਸ ਗੁੱਡ, ਸ਼ੀ ਇਜ਼ ਵੈਲ ਨੋਨ ਇਨ ਪੰਜਾਬ, ਰਾਈਟ, ਨੋਟ ਨੋਟ ਆਊਟਸਾਈਡ ਆਫ ਪੰਜਾਬ। ਸੋ ਕੀ ਹੋਇਆ, ਦੈਨ ਸਾਨੂੰ ਵੀ ਨਹੀਂ ਪਤਾ ਸੀ, ਫਿਰ ਅਸੀਂ ਰਿਸਰਚ ਕੀਤਾ, ਦੈਨ ਵੀ ਵਰ ਫਿਗਰਿੰਗ ਆਊਟ, ਤੇ ਰਾਈਟ ਵੇ ਕਹਿੰਦੇ ਕਿ ਆਹ ਤੇਰੇ ਵਾਲੀ ਨਿਊਜ਼ ਬ੍ਰੇਕਆਊਟ ਹੋ ਗਈ। ਸੋ ਵੀ ਲਾਈਕ ਉਹ ਇਹ ਕੀ ਹੋਇਆ, ਸੋ ਦੈਟਸ ਵਾਈ ਦੇ ਕੰਟੈਕਟ ਇਨ ਮੀ ਟੂ ਗੈਟ ਔਨ ਦ ਚੈਨਲ ਵਿਦ ਦੈਮ। ਸੋ ਏਦਾਂ ਹੀ ਉਹ ਚੀਜ਼ ਵਾਇਰਲ ਹੋ ਗਈ ਜਦੋਂ ਲੋਕਾਂ ਨੇ ਦੇਖਿਆ ਕਿ ਸਹਿਰਾ ਹੈ ਕੌਣ ਆ, ਰਾਈਟ, ਕਿਸੇ ਨੇ ਵੀ ਦੇਖਿਆ ਹੋ ਸਕਦਾ, ਤੇ ਉਹਨਾਂ ਨੇ ਜਦੋਂ ਪਾਸਟ ਦੇਖਿਆ, ਮੈਂ ਜੋ ਵੀ ਬੋਲਿਆ ਹੋਇਆ ਸੀਗਾ, ਲਾਈਕ ਜੋ ਵੀ ਉਹਨੇ ਬੋਲਿਆ ਹੋਇਆ ਸੀਗਾ, ਉਹ ਸਾਰਾ ਕੁਛ ਲਾਈਕ ਵਾਂਸ ਇਜ਼ ਔਨ ਦ ਇੰਟਰਨੈਟ, ਇਟ ਸਟੇਜ਼ ਔਨ ਦ ਇੰਟਰਨੈਟ, ਯੂ ਨੋ। ਸੋ ਉਹ ਚੀਜ਼ਾਂ ਉਹਨਾਂ ਨੇ ਲੱਭ ਲਈਆਂ, ਸੋ ਉਹੀ ਚੀਜ਼ ਫਿਰ ਦੁਬਾਰਾ ਵਾਇਰਲ, ਲੋਕੀ ਗੱਲ ਕਰਨ ਲੱਗ ਪਏ। ਬਟ ਹੋਇਆ ਕਿ ਦਿਸ ਟਾਈਮ ਇਟ ਵਾਸ ਲਾਈਕ ਔਨ ਯੂ ਨੋ ਇੰਡੀਆ ਲੈਵਲ, ਨਾਟ ਔਨ ਦ ਪੰਜਾਬ ਲੈਵਲ। ਸੋ ਐਂਡ ਦੈਨ ਆਈ ਵਾਸ ਲਾਈਕ ਯੂ ਨੋ, ਉਹ ਮੇਰੇ ਲਈ, ਉਹ ਸਾਡੇ ਲਈ, ਉਹ ਮੈਂਟਲੀ ਅਪਸੈਟ ਕਰ ਦਿੰਦੀ ਬੰਦੇ ਨੂੰ, ਹਨਾ। ਕਿ ਬਟ ਗੱਲ ਇਹ ਹੈ ਕਿ ਸਾਰਾ ਨੇ ਇਹ ਕਿਉਂ ਕਿਹਾ ਕਿ ਮੈਂ ਸਿੰਗਲ ਹਾਂ, ਇਹ ਹੁਣ ਮੈਂ ਤਾਂ ਚਾਹੁੰਦਾ ਨਾ ਕਿ ਤੁਸੀਂ ਉਹਨੂੰ ਪੁੱਛੋ, ਰਾਈਟ। ਮੈਂ ਤਾਂ ਸਾਰਿਆਂ ਨੂੰ ਇਹੀ ਕਹਿ ਰਿਹਾ ਕਿ ਲਾਈਕ ਤੁਸੀਂ ਮੈਨੂੰ ਪੁੱਛਣ ਦੀ ਜਗ੍ਹਾ ਉਸ ਨੂੰ ਪੁੱਛੋ, ਰਾਈਟ। ਉਹਨੂੰ ਉਹ ਹੁਣ ਤਾਂ ਕੈਮਰੇ ਦੇ ਅੱਗੇ ਹੀ ਆ, ਬਿਗ ਬੋਸ ਦੇ ਹਾਊਸ 'ਚ ਆ, ਉੱਥੇ ਜਾ ਕੇ ਪੁੱਛੋ, ਜਾਂ ਉਹਦੇ ਕੋਲ ਪੁਛਾਓ, ਜਾਂ ਉੱਥੇ ਗੱਲ ਕਰੋ ਨਾ ਕਿ ਲਾਈਕ ਵਾਈ ਯੂ ਸੇਇੰਗ ਇਟ, ਕੀ ਰੀਜ਼ਨ ਆ। ਆਈ ਨੋ ਕਿ ਮੈਨੂੰ ਪਤਾ ਵੀ ਕੀ ਰੀਜ਼ਨ ਆ, ਬਟ ਲਾਈਕ ਤੁਸੀਂ ਉਹਨੂੰ ਪੁੱਛੋ, ਉਹਦੇ ਮੂੰਹੋਂ ਤੁਹਾਨੂੰ ਪਤਾ ਲੱਗੂਗਾ ਕਿ ਕੀ ਰੀਜ਼ਨ ਆ। ਜੇ ਥੋੜ੍ਹਾ ਜਿਹਾ ਪਿੱਛੇ ਚੱਲੀਏ, ਤੁਸੀਂ ਫਸਟ ਟਾਈਮ ਸਾਰਾ ਨੂੰ ਕਿੱਥੇ ਮਿਲੇ ਸੀ? ਫਸਟ ਟਾਈਮ ਨਾ, ਟੂ ਬੀ ਓਨੈਸਟ, ਮੈਂ ਸਹਿਰਾ ਦਾ ਗਾਣਾ ਦੇਖਿਆ ਸੀ, ਜਸ਼ਨ ਨੇ ਗਾਣਾ ਦੇਖਿਆ ਸੀ, ਰਾਈਟ, ਡਾਇਰੈਕਟਰ ਵਿੱਚੋਂ ਸੀਗਾ ਮਿਊਚੁਅਲ, ਸੋ ਦੈਟਸ ਹਾਊ ਆ ਗਾਟ ਹਰ ਕੰਟੈਕਟ, ਤੇ ਅਸੀਂ ਇੱਦਾਂ ਲਾਈਕ ਵੀ ਯੂਜ਼ ਟੂ ਟਾਕ, ਤੇ ਇੱਦਾਂ ਹੀ ਫਿਰ ਸਾਡੀ ਗੱਲ ਅੱਗੇ ਵਧਦੀ ਗਈ। ਸੋ ਦੈਨ ਆਈ ਕੇਮ ਟੂ ਇੰਡੀਆ, ਯੂ ਨੋ, ਹੈਂਗ ਆਊਟ ਵਿਦ ਹਰ। ਓਕੇ, ਕਿੰਨੀ ਦੇਰ ਡੇਟ ਕੀਤਾ ਤੇ ਤੁਹਾਡੀ ਮੈਰਿਜ ਕਦੋਂ ਹੋਈ ਸਾਰਾ ਨਾਲ? ਸੋ ਵੀ ਮੈਟ ਇਨ 2014, ਓਕੇ, ਬਿਗਿਨਿੰਗ ਦੇ ਵਿੱਚ, ਤੇ ਆਲਮੋਸਟ ਲਾਈਕ 5-6 ਮਹੀਨੇ ਲਾਈਕ ਵੀ ਟਾਕ, ਐਂਡ ਦੈਨ ਸਾਡੀ ਫਿਰ ਆਗਸਟ ਦੇ ਵਿੱਚ ਹੋਇਆ ਸੀ। ਤੇ ਸੈਪਰੇਸ਼ਨ ਦਾ ਰੀਜ਼ਨ ਕੀ ਹੈ? ਕੋਈ ਫੈਮਿਲੀ ਇਸ਼ੂ ਸੀ ਜਾਂ ਕੋਈ ਪਰਸਨਲ ਇਸ਼ੂ ਸੀ? ਕੀ ਕਾਰਨ ਹੋਇਆ ਕਿ ਤੁਹਾਨੂੰ ਸਾਰਾ ਤੋਂ ਸੈਪਰੇਟ ਹੋਣਾ ਪਿਆ? ਟੂ ਬੀ ਓਨੈਸਟ, ਸਾਡੇ ਲਾਈਕ ਮੈਨੂੰ ਵੀ ਨਹੀਂ ਹਾਲੇ ਤੱਕ ਪਤਾ ਐਗਜੈਕਟਲੀ, ਬਟ ਜੋ ਵੀ ਆ ਉਹ ਸੀਗਾ ਫੇਮ, ਰਾਈਟ, ਕਿ ਉਹ ਲਾਈਕ ਆ ਬਰੋਡ ਹਰ ਇਨ ਅਮੈਰੀਕਾ, ਤੇ ਇੱਥੇ ਕੀ ਸੀਗਾ, ਇੱਥੇ ਆਪਣੀ ਉਸ ਟਾਈਮ ਲਾਈਕ ਹਾਲੇ ਵੀ ਨਾ ਆਪਣੇ ਪੰਜਾਬੀ ਇੰਡਸਟਰੀ ਇੱਥੇ ਗਰੋ ਨਹੀਂ ਹੋਈ, ਰਾਈਟ, ਤੇ ਕੀ ਆ ਕਿ ਜਿਹੜਾ ਵੀ ਕੰਮ ਸੀਗਾ ਜਾਂ ਉਹ ਇੰਡੀਆ ਹੁੰਦਾ ਜਾਂ ਉਹ ਕੈਨੇਡਾ ਹੁੰਦਾ, ਤੇ ਕੈਨੇਡਾ ਵੀ ਕੋਈ ਕੋਈ ਕੰਮ ਨਹੀਂ ਸੀ ਮਿਲ ਰਿਹਾ ਦੈਟ ਟਾਈਮ, ਲਾਈਕ 3-4 ਸਾਲ ਪਹਿਲਾਂ। ਹੁਣ ਤਾਂ ਚਲੋ, ਹੁਣ ਤਾਂ ਕੈਨੇਡਾ ਵੀ ਬਹੁਤ ਕੰਮ ਹੈ, ਜੇ ਲਾਈਕ ਇਫ ਹੀ ਵਾਜ਼ ਰਾਈਟ ਨਾਓ, ਅੱਜ ਉਹ ਇੱਥੇ ਹੁੰਦੀ, ਮੇਬੀ ਸਾਡੀ ਸਟੋਰੀ ਡਿਫਰੈਂਟ ਹੁੰਦੀ, ਕਿਉਂਕਿ ਦੈਨ ਸ਼ੀ ਕੈਨ ਗੋ ਓਵਰ ਦੇਅਰ ਐਂਡ ਕਮ ਬੈਕ ਐਂਡ ਫੋਰਥ। ਜੇ ਕੋਈ ਕੰਮ ਨਹੀਂ ਮਿਲ ਰਿਹਾ ਸੀ, ਸੋ ਸ਼ੀ ਵਾਜ਼ ਲਾਈਕ ਲੂਜ਼ਿੰਗ, ਕਿ ਹਾਂ ਵੀ ਜਿਹੜੇ ਮੇਰੇ ਨਾਲ ਦੀਆਂ, ਰਾਈਟ, ਉਹ ਸਾਰੀਆਂ ਗਰੋ ਕਰ ਰਹੀਆਂ। ਬਿਫੋਰ ਜਦੋਂ ਅਸੀਂ ਲਾਈਕ ਜਦੋਂ ਅਸੀਂ ਡੇਟਿੰਗ ਸਟਾਰਟ ਕੀਤੀ, ਜੋ ਵੀ ਸੀਗਾ ਉਸ ਟਾਈਮ ਤੇ, ਕਰੀਅਰ ਕੋਈ ਮੈਟਰ ਨਹੀਂ ਕਰਦਾ ਸੀ, ਰਾਈਟ, ਕਿ ਛੋਟੇ ਹੁੰਦੇ ਲਾਈਕ ਸ਼ੀ ਤੌਰ ਕਿ ਚਲੋ ਛੱਡੋ ਕਰੀਅਰ ਆ ਕੋਈ, ਨਹੀਂ ਤਾਂ ਨਾ ਸੀ, ਰਾਈਟ, ਕਿ ਮੈਂ ਆਪਣੀ ਲਾਈਫ ਦੇ ਵਿੱਚ ਖੁਸ਼ ਹਾਂ। ਬਟ ਜਦੋਂ ਇੱਥੇ ਆਈ ਫਿਰ ਉਹਨੂੰ ਕੰਮ ਨਹੀਂ ਸੀਗਾ, ਸੋ ਸ਼ੀ ਵਾਜ਼ ਮੈਂਟਲੀ ਗੈਟਿੰਗ ਲਾਈਕ ਅਪਸੈਟ, ਕਿ ਹਾਂ ਵੀ ਮੇਰੇ ਨਾਲ ਦੀਆਂ ਗਰੋ ਕਰ ਰਹੀਆਂ, ਲਾਈਕ ਆਮ ਸਟਿਲ ਹੇਅਰ। ਸੋ ਫਿਰ ਦੈਨ ਵੀ ਟਾਕ ਟੂ ਲਾਈਕ ਕਪਲ ਆਫ ਦ ਡਾਇਰੈਕਟਰਸ, ਰਾਈਟ, ਇਨ ਪੰਜਾਬ, ਕਿ ਹਾਂ ਵੀ ਅਸੀਂ ਵੀ ਸਹਿਰਾ ਨੇ ਇੰਡੀਆ ਆਉਣਾ ਵਾ, ਤੇ ਲੈਟਸ ਗਿਵ ਹਰ ਸਮ ਵਰਕ,
ਤੇ ਫਿਰ ਰਾਈਟ ਵੇ ਜਿੱਦਾਂ ਹੀ ਸ਼ੀ ਲੈਂਡਡ ਸ਼ੀ ਜਸ਼ਨ ਗਾਰ ਹਰ ਵਰਕ ਰਾਈਟ ਯੂ ਨੋ ਤੋਂ ਪਹਿਲਾਂ ਆਉਂਦਾ ਗਾਣਾ ਆ ਗਿਆ ਲਾਈਕ ਸ਼ੀ ਸਟ੍ਰੇਟ ਵੇ ਵੈਂਟ ਟੂ ਚੰਡੀਗੜ੍ਹ ਐਂਡ ਡਿਡ ਦਾ ਸ਼ੂਟ ਤੇ ਐਂਡ ਦੈਨ ਸ਼ੀ ਵਾਸ ਡੂਇੰਗ ਮੋਰ ਸੌਂਗਸ ਕਿਉਂਕਿ ਸਾਨੂੰ ਲੱਗਾ ਕਿ ਸ਼ੀ ਇਜ਼ ਓਨਲੀ ਦੇਅਰ ਫੋਰ ਮੰਥ ਸੋ ਸਾਰਾ ਮਹੀਨਾ ਸ਼ੀ ਵਾਸ ਟ੍ਰਾਈਂਗ ਟੂ ਵਰਕ 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 ਤੋ ਕੰਮ ਕਰਦੇ ਕਰਦੇ ਸ਼ੀ ਗਾਟ ਅ ਮੂਵੀ ਰਾਈਟ ਮੰਜੇ ਬਿਸਤਰੇ ਇਟ ਵਾਜ਼ ਅ ਸਾਈਡ ਰੋਲ ਸੋ ਥਿੰਗਸ ਸਟਾਰਟ ਗੋਇੰਗ ਆਫ ਫਰੋਮ ਦੈਟ ਪੁਆਇੰਟ ਕਿ ਹਾਂ ਵੀ ਮੈਂ ਤਾਂ ਇੰਡੀਆ ਰਹਿ ਕੇ ਮੈਨੂੰ ਤਾਂ ਕੰਮ ਮਿਲ ਰਿਹਾ ਵਾ ਲਾਈਕ ਜੇ ਮੈਂ ਫਿਰ ਵਾਪਸ ਚਲ ਗਈ ਫਿਰ ਦੁਬਾਰਾ ਆਉਣਾ ਪੈਣਾ ਫਿਰ ਰੀਸਟਾਰਟ ਹੋਣਾ ਸੋ ਦੈਟ ਵਾਜ਼ ਦ ਥਿੰਗ ਲਾਈਕ ਯੂ ਨੋ ਕਿ ਉਹਨੂੰ ਲੱਗਾ ਕਿ ਜੇ ਲਾਈਕ ਸੋ ਦੈਟ ਵਾਜ਼ ਦ ਰੀਜ਼ਨ ਸੋ ਲਾਈਕ ਸ਼ੀ ਇਵਨ ਲਾਈਕ ਸ਼ੀ ਨਿਊ ਆਈ ਕੈਨ ਮੂਵ ਟੂ ਇੰਡੀਆ ਯੂ ਨੋ ਸੋ ਪ੍ਰੋਬਲਮ ਇਸ ਤੋਂ ਸਾਰਾ ਉੱਥੇ ਅਮਰੀਕਾ ਤੁਹਾਡੇ ਨਾਲ ਰਹਿ ਕੇ ਕੰਮ ਨਹੀਂ ਕਰ ਸਕਦੀ ਸੀ ਕਿ ਉਹ ਇੰਡੀਆ ਆ ਕੇ ਮਤਲਬ ਉਹਨੂੰ ਕੰਮ ਕਰਨਾ ਪਿਆ ਜੇ ਉਹ ਇੰਡੀਆ ਰੁਕ ਵੀ ਰਹੀ ਸੀ ਤਾਂ ਉਹਨੂੰ ਇੰਡੀਆ ਕਿਉਂ ਨਹੀਂ ਰਹਿਣ ਦਿੱਤਾ ਗਿਆ ਜੇ ਉਹ ਚਾਹੁੰਦੀ ਕਿ ਇੰਡੀਆ ਰਹਿ ਕੇ ਹੀ ਕੰਮ ਕਰਨਾ ਤੇ ਮੈਰਿਜ ਸੈਪਰੇਟ ਕਰਨ ਦਾ ਕੀ ਰੀਜ਼ਨ ਸੀ ਮੈਰਿਜ ਮੈਮ ਤੁਸੀਂ ਇੱਦਾਂ ਥੋੜੀ ਰਹਿ ਸਕਦੇ ਨਾ ਕਿ ਤੁਹਾਡਾ ਇੱਕ ਤੁਹਾਡਾ ਪਾਰਟਨਰ ਕਿਤੇ ਰਹਿੰਦਾ ਪਿਆ ਸੱਤ ਸਮੁੰਦਰ ਪਾਸ ਤੁਸੀਂ ਕਿਤੇ ਰਹਿੰਦੇ ਪਏ ਯੂ ਕੈਨ ਲਿਵ ਦਾ ਲਾਈਫ ਲਾਈਕ ਦੈਟ ਫੋਰ ਸੋ ਹਾਊ ਲੌਂਗ ਕੈਨ ਯੂ ਡੂ ਦੈਟ ਸੋ ਬੇਸਿਕਲੀ ਸਾਰਾ ਨੇ ਕੰਮ ਪਿੱਛੇ ਇੰਡੀਆ ਮੂਵ ਹੋਈ ਰਾਈਟ ਤੇ ਹੁਣ ਜੇ ਤੁਹਾਨੂੰ ਮੌਕਾ ਮਿਲੇ ਬਿਗ ਬੌਸ 'ਚ ਜਾਣ ਦਾ ਔਰ ਤੁਹਾਨੂੰ ਕਿਹਾ ਜਾਵੇ ਕਿ ਉੱਥੇ ਜਾ ਕੇ ਤੁਸੀਂ ਕਨਫਰੰਟ ਕਰ ਸਕਦੇ ਹੋ ਕੀ ਤੁਸੀਂ ਜਾਣਾ ਚਾਹੋਗੇ ਮੈਂ ਸਿਰਫ ਜਿੱਦਾਂ ਤੁਸੀਂ ਕਿਹਾ ਕਨਫਰੰਟ ਕਰ ਸਕਦੇ ਹਾਂਜੀ ਕਨਫਰੰਟ ਕਰ ਲੂੰਗਾ ਤੁਸੀਂ ਜਿੱਥੇ ਮਰਜ਼ੀ ਬਿਠਾ ਦਿਓ ਆਪਾਂ ਕਨਫਰੰਟ ਕਰ ਲੈਂਦੇ ਹਾਂ ਰਾਈਟ ਬੈਠ ਕੇ ਸਾਰਿਆਂ ਦਾ ਮੈਨੂੰ ਵੀ ਮੇਰੇ ਦਿਲ ਤੋਂ ਵੀ ਉਹ ਲੱਥ ਜੂਗਾ ਰਾਈਟ ਮੈਨੂੰ ਵੀ ਨਹੀਂ ਕੱਲ੍ਹ ਨੂੰ ਕੋਈ ਕਹੂਗਾ ਕਿ ਉਹ ਦੁਬਾਰਾ ਗੱਲ ਉੱਠ ਗਈ ਫਿਰ ਆਇਆ ਕੱਲ੍ਹ ਨੂੰ ਉਹ ਮੂਵੀ ਮਿਲ ਜੂਗੀ ਉਹਨੂੰ ਬਾਲੀਵੁੱਡ ਦੀ ਫਿਰ ਤੁਸੀਂ ਮੈਨੂੰ ਇਹੀ ਕਹੋਗੇ ਕਿ ਹਾਂਜੀ ਵੀ ਆਓ ਇੰਟਰਵਿਊ ਕਰੋ ਵੀ ਦੱਸੋ 3 ਸਾਲ ਪਹਿਲਾਂ ਉਹਨੇ ਇੱਦਾਂ ਕਿਹਾ ਸੀ ਉਹ ਗੱਲ ਸੱਚੀ ਹੈ ਕਿ ਨਹੀਂ ਇੱਕ ਵਾਰੀ ਗੱਲ ਨੂੰ ਯੂ ਨੋ ਫਿਨਿਸ਼ ਕਰ ਦਿਓ ਜੋ ਵੀ ਹੈ ਇੱਧਰ ਲਈ ਇੱਧਰ ਉੱਧਰ ਲਈ ਉੱਧਰ ਹੋ ਜੂਗੀ ਬਟ ਜੇ ਕਹੋਗੇ ਉੱਥੇ ਚੱਲ ਜਾਓ ਉੱਥੇ ਲਾਈਕ ਆਈ ਕੈਨ ਗੋ ਟੂ ਦ ਸ਼ੋ ਯੂ ਨੋ ਕਿ ਹਾਂ ਵੀ ਉਹ ਵੀ ਉਸੇ ਘਰ 'ਚ ਆ ਮੈਂ ਵੀ ਉੱਥੇ ਹਾਂ ਸੋ ਇਟਸ ਨਾਟ ਗੋਣਾ ਬੀ ਗੁੱਡ ਫੋਰ ਐਨੀਬਾਡੀ ਸਾਰਾ ਜੋ ਆਪਣੀ ਨੇਚਰ ਬਿਗ ਬੌਸ ਦੇ ਘਰ ਵਿੱਚ ਦਿਖਾ ਰਹੇ ਕਿ ਅਸਲ ਵਿੱਚ ਵੀ ਉਹੀ ਹੈ ਮੈਨੂੰ ਰਿਐਲਿਟੀ 'ਚ ਸਾਰਾ ਇਹੀ ਹੈ ਤਾਂ ਨਹੀਂ ਤੁਹਾਨੂੰ ਲੱਗਦਾ ਕਿਸੇ ਨੂੰ ਲਾਈਕ ਆਈ ਮੀਨ ਲੋਕੀ ਇੰਨੇ ਤਾਂ ਪਾਗਲ ਹੈ ਨਹੀਂ ਵੀ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਜੋ ਆਪਣੇ ਆਪ ਨੂੰ ਬਿਗ ਬੌਸ ਦੇ ਘਰ 'ਚ ਦਿਖਾ ਰਹੀ ਕਿ ਅਸਲ ਰੀਅਲ ਲਾਈਫ 'ਚ ਸਾਰਾ ਇਹੋ ਜਿਹੀ ਹੈ ਮੈਡਮ ਮੈਨੂੰ ਨਾ ਮੈਂ ਲਾਈਕ ਆਪਾਂ ਇੰਨੇ ਲਾਈਕ ਆਈ ਨੈਵਰ ਬੀਨ ਅਰਾਊਂਡ ਹੈ ਨਾ ਵੀ ਜਿਹੜੇ ਲੋਕ ਬਿਗ ਬੌਸ 'ਚ ਗਏ ਆ ਵੀ ਕਿੱਦਾਂ ਵਾ ਬਟ ਜੇ ਲਾਈਕ ਇਫ ਯੂ ਬੀ ਯੋਰ ਸੈਲਫ ਇਨ ਦਾ ਬਿਗ ਬੌਸ ਹਾਊਸ ਯੂ ਨੋ ਲਾਈਕ ਦੇ ਪ੍ਰੋਬਲੀ ਹੈ ਮੈਂਟੈਲਿਟੀ ਦੇ ਨਾ ਗਣਾ ਵਿਨ ਰਾਈਟ ਤੇ ਜਿੱਤਣ ਲਈ ਉਹਨਾਂ ਨੂੰ ਕੁਛ ਨਾ ਕੁਛ ਤਾਂ ਫੇਕ ਕਰਨਾ ਹੀ ਪੈਣਾ ਰਾਈਟ ਸੋ ਇਟਸ ਆਲ ਲਾਈਕ ਮੈਨੂੰ ਨਹੀਂ ਲੱਗਦਾ ਉਹ ਰੀਅਲ ਹੈ ਚੀਜ਼ਾਂ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਬਹੁਤ ਸਾਰੇ ਕਮੈਂਟਸ ਆ ਰਹੇ ਕਿ ਸਾਰਾ ਅੰਦਰ ਸ਼ਹਿਨਾਜ਼ ਗਿੱਲ ਨੂੰ ਕਾਪੀ ਕਰ ਰਹੀ ਹੈ ਕਿ ਉਹਦਾ ਸਟਾਈਲ ਕਾਪੀ ਕਰਨ ਦੀ ਕੋਸ਼ਿਸ਼ ਕਰ ਰਹੀ ਕਿਉਂਕਿ ਲਾਸਟ ਈਅਰ ਸ਼ਹਿਨਾਜ਼ ਗਿੱਲ ਕਾਫੀ ਫੇਮਸ ਕੰਟੈਸਟੈਂਟ ਰਹੀ ਬਿਗ ਬੌਸ ਦੀ ਰਾਈਟ 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 ਟੂ ਬੀ ਆਨੈਸਟ ਮੈਂ ਲਾਸਟ ਈਅਰ ਦੇਖਿਆ ਨਹੀਂ ਠੀਕ ਹੈ ਨਾ ਹੀ ਮੈਂ ਦਿਸ ਟਾਈਮ ਆਈ ਡੋਨਟ ਸੀ ਇਟ ਬਟ ਜੋ ਵੀ ਲਾਈਕ ਕਲਿਪਸ ਯੂ ਨੋ ਕੋਈ ਭੇਜ ਦਿੰਦਾ ਲਾਈਕ ਜਦੋਂ ਵੀ ਇੰਟਰਵਿਊ ਹੁੰਦੀ ਤਾਂ ਕੋਈ ਭੇਜ ਦਿੰਦਾ ਵੀ ਵਾਚ ਦਿਸ ਦਿਸ ਤੇ ਉਦੋਂ ਦੇਖਿਆ ਥੋੜਾ ਜਿਹਾ ਬਟ ਆਈ ਡੋਨਟ ਨੋ ਹਰ ਇੱਕ ਦਾ ਆਪਣਾ ਆਪਣਾ ਲੱਕ ਹੁੰਦਾ ਰਾਈਟ ਯੂ ਨੋ ਇਟ ਡੋਨਟ ਮੈਟਰ ਕਿ ਕੌਣ ਕੀ ਕਰ ਰਿਹਾ ਕਿੱਦਾਂ ਇਟਸ ਆਲ ਅਬਾਊਟ ਲੱਕ ਰਾਈਟ ਕਿਨੂੰ ਕਿੰਦਾ ਚੱਲ ਜਾਣਾ ਕਿਹਦੇ ਟਾਈਮ ਤੇ ਸੋ ਆਈ ਡੋਨਟ ਨੋ ਇਫ ਸ਼ੀ ਇਜ਼ ਕਾਪਿੰਗ ਬਟ ਆਈ ਜਸਟ ਹੋਪ ਲਾਈਕ ਮੈਨ ਆਈ ਹੋਪ ਸ਼ੀ ਵਿਨਸ ਸੋ ਜੇ ਤੁਹਾਨੂੰ ਮੌਕਾ ਮਿਲਦਾ ਬਿਗ ਬੌਸ 'ਚ ਜਾਣ ਦਾ ਸਭ ਤੋਂ ਪਹਿਲੀ ਚੀਜ਼ ਤੁਸੀਂ ਸਾਰਾ ਨੂੰ ਕੀ ਕਹੋਗੇ ਲੈਟਸ ਕਲੀਅਰ ਦਿਸ ਐਂਡ ਦੈਨ ਪੀਪਲ ਨੋ ਯੂ ਨੋ ਕਿ ਕੀ ਹੋਇਆ ਕੀ ਨਹੀਂ ਹੋਇਆ ਐਂਡ ਦੈਨ ਦਾ ਰੀਜ਼ਨ ਆਮ ਹੇਅਰ ਇਜ਼ ਜਸਟ ਬਿਕੋਜ਼ ਆਫ ਦੈਟ ਸੋ ਚਲੋ ਆਪਾਂ ਇਹਨੂੰ ਕਲੀਅਰ ਕਰ ਲਈਏ ਬੈਠ ਕੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਪਿਕਚਰਸ ਦੇਖੀਆਂ ਮੈਰਿਜ ਸਰਟੀਫਿਕੇਟ ਦੇਖਿਆ ਮੈਰਿਜ ਸਰਟੀਫਿਕੇਟ 'ਚ ਨਾਮ ਰਚਨਾ ਦੇਵੀ ਲਿਖਿਆ ਹੋਇਆ ਹੈ ਇਹ ਨਾਮ ਸਾਰਾ ਨੇ ਕਦੋਂ ਚੇਂਜ ਕੀਤਾ ਆਪਣਾ ਇਹ ਨਾਮ ਜਦੋਂ ਲਾਈਕ ਕੈਮਰਾ ਨੇਮ ਸ਼ੀ ਪੁਟ ਇਟ ਐਸ ਸਾਰਾ ਰੀਜ਼ਨ ਸੋ ਹਰ ਰੀਅਲ ਨੇਮ ਰਚਨਾ ਆਈ ਥਿੰਕ ਉਹਨੂੰ ਕਾਲਜ ਟਾਈਮ ਤੇ ਨਾ ਜੋ ਲਾਈਕ ਸ਼ੀ ਵਾਸ ਇਨ ਐਨਐਫਟੀ ਆਈ ਥਿੰਕ ਜੋ ਵੀ ਮੋਹਾਲੀ ਦੇ ਵਿੱਚ ਲਾਈਕ ਉੱਥੇ ਉਹਨੂੰ ਉਹਦੇ ਫਰੈਂਡ ਸਾਰਾ ਕਹਿੰਦੇ ਹੁੰਦੇ ਸੀਗੇ ਆਈ ਡੋਨਟ ਨੋ ਕਿ ਕਿੱਥੋਂ ਆਇਆ ਕਿੱਥੋਂ ਨਹੀਂ ਸੋ ਦੈਟਸ ਵਾਈ ਸ਼ੀ ਕੈਪਟ ਦੈਟ ਨੇਮ ਸਾਰਾ ਫੋਰ ਦਿ ਕੈਮਰਾ ਨੂੰ ਬੱਚੀ ਕੈਪਟ ਸਾਰਾ ਗੁਰਪਾਲ ਫੁੱਲ ਨੇਮ ਸਾਰਾ ਗੁਰਪਾਲ ਰਾਈਟ ਰਾਈਟ ਆਡ ਉਹਨਾਂ ਦੀ ਲਾਈਕ ਆਈ ਥਿੰਕ ਇਟਸ ਗਨਪਾਲ ਐਂਡ ਸ਼ੀ ਬਿਕੇਮ ਗੁਰਪਾਲ ਆਈ ਡੋਨਟ ਨੋ ਹਾਊ ਬਟ ਦੈਟਸ ਅ ਕੈਮਰਾ ਨੇਮ ਤੁਸੀਂ ਕਦੀ ਪੁੱਛਣ ਦੀ ਕੋਸ਼ਿਸ਼ ਨਹੀਂ ਕੀਤੀ ਆਈ ਮੀਨ ਦੈਟਸ ਵਾਟ ਐਵਰੀਬਾਡੀ ਵਾਸ ਕਾਲਿੰਗ ਹਰ ਸਾਰਾ ਫਰਮ ਹਰ ਫਰੈਂਡਸ ਸੋ ਵੀ ਕੈਪਟ ਇਟ ਐਸ ਸਾਰਾ ਐਂਡ ਦੈਨ ਯੂ ਨੋ ਲਾਈਕ ਵਾਟ ਰਚਨਾ ਸਾਊਂਡ ਲਾਈਕ ਸੋ ਨਹੀਂ ਪਰ ਗੁਰਪਾਲ ਇੱਕ ਕਾਸਟ ਆ ਜਾਂਦੀ ਹੈ ਕਿ ਫੁੱਲ ਨੇਮ ਹੀ ਚੇਂਜ ਹੋ ਗਿਆ ਵੈਨ ਆ ਐਸ ਹੀ ਸੇ ਗੁਰਪਾਲ ਗਨਪਾਲ ਇਜ਼ ਦ ਸੇਮ ਥਿੰਗ ਸੋ ਗੁਰਪਾਲ ਐਂਡ ਗਨਪਾਲ ਇਜ਼ ਦ ਸੇਮ ਕਾਸਟ ਜਿੱਦਾਂ ਤੁਸੀਂ ਓਪਨਲੀ ਕਨਫਰੰਟ ਕਰ ਰਹੇ ਹੋ ਇਸ ਸਾਰੇ ਮੁੱਦੇ ਦੇ ਉੱਤੇ
मैं ये पूछना चाहूंगी, कोई किसी तरह का प्रेशर या कोई किसी तरह की धमकी तो नहीं थानू आ रही कोई सारा की टीम वालों या सारा के फॉलोअर्स वालों, या थानू लोग कह रहे हो कि तुसी क्यों ये चीज़ा कर रहे हो? राइट मैम, वो तो नैचुरली गल है ना कि तुम कुछ पॉजिटिव आ रहे हैं कुछ नैगेटिव आ रहे हैं, राइट? तो मैं तो तुम सची दसा, मैं लाइक हूँ मैं जिदा जिदा अपना ना काम हो रहा, लाइक आई एम ग्रोइंग इन द सॉन्ग्स, मेरे गाने आ रहे, सो आई एम ट्राइंग टू लर्न कि हाँ भी जो नैगेटिव चीज़ है आपको देखना तक नहीं, उन्होंने ट्राई टू इग्नोर करना, बट वो शुरू शुरू च नहीं होंगे, राइट? सो जो मैं पहला इदा अपनी ये साड़ी गल हुई सी जो भी वायरल होया सी जो भी मैं कहा सी उदो भी रीजन यही सीगा कि मैं नैगेटिव बहुत आ रहे थे, राइट? कि लोग थ्रैट कर रहे थे कि तू झूठ बोलता रहना। तुहानू किस तरह का थ्रैट आ रहा है? फोन कॉल्स आ रहे हैं, मैसेजेस आ रहे हैं, किस तरह नाल तुहानू अप्रोच किया जा रहा है? फोन तो जो भी है जी, पहला तो काफ़ी बोल इदा ही कह रहे थे कि यू आर स्टिल लाइंग, है ना, कि तुम झूठ बोल रहे हैं, बट कई बहुत सारे लोग इदा के भी है जिन्होंने पता सुखदेव सिंह नो यू नो ही इज़ राइट, सो तो कुछ पॉजिटिव, बट जो हूँ की है कि गल इन्नी वायरल हो गई कि उनकी टीम वालों जब किसी वालों भी मैंने इदा मैसेज आ रहा है कि नो कि ये कुछ नहीं होना, ये है वो आ, तू गल बोली जा जिन्ना बोलना, सानू कोई फर्क नहीं पैंदा, असी तेरा किया हो रेडी, तू रोटी जोगा भी नहीं रहना, ये है वो आ, इदा दी गल यू नो। सो तुसी एदा कोई नेक्स्ट प्लान सोचा? नेक्स्ट प्लान टू बी ऑनेस्ट मैम, मैं लाइक हुण आपां गाने दी वजह नाल आपां जो भी आ मिले, सो हुण जिहड़ी सिर्फ उस लैवल ते जिहड़ी इंटरव्यू सीगी उहनूं लै के आई सेड माय पुट माय पॉइंट्स आउट देयर, ठीक है? मैं जिन्ना ने इंटरव्यू कीती लाइक लिटरली आई टोल्ड दैट कि हाँ भी हुण गल हो गई है, नो मोर इंटरव्यू, नो मोर नथिंग अबाउट दिस, मैं अपना रख चुका वा कि हाँ जी जे तुहानूं कोई क्वेश्चन है यू एस्क हर, डोंट एस्क मी, राइट? जो इन्नी चीज वायरल हुई इन्ने सारे मैसेज आए, आई वॉज लाइक मैंटली मैं दो दिन उदा मैं भी सीख रहा इसे गल सोच के, है ना, भी ये हो कि रहा, सो आई डिड माई इंटरव्यू टू डेज अगो, दैट वॉज अ लिटरली सैड कि हाँ जी भी मेरा दैट्स इट डन आ, हुण कोई इन्दे बारे जवाब नहीं होगा मेरे वालों, जे किसी ने कोई प्रॉब्लम है प्लीज एस्क हर, यू नो आई डोंट नो हाउ, तुसी बिग बॉस तक गल करो, तुसी जिद्दां मर्जी तुसी एस्क हर, प्लीज डोंट एस्क मी एनीमोर। तुसी क्या थानू बहुत सारे मैसेजेस भी आ रहे हैं फिल्म इंडस्ट्री चो, अपनी पंजाबी इंडस्ट्री चो किसी का मैसेज आया? नहीं, पंजाबी इंडस्ट्री चो नहीं आया, बट पंजाबी इंडस्ट्री च एवरीबॉडी न्यू, है ना, सारे नु पता ही है कि राइट कौन राइट है, कौन कौन गलत बोल रहा, कौन सच बोल रहा, सो बट अपना की हुंदा कि कोई किसी दे नाल नहीं खड़ा हुंदा, हां भी ब्रो तू सच बोल रहा, कोई तू टेंशन ना ले, आपा आएंगे, इदा किसी दा नहीं हुंदा। सपोर्ट कौन कर रहा थानू पंजाबी इंडस्ट्री चो? मैम पंजाबी इंडस्ट्री चो कोई किसी नु सपोर्ट नहीं करदा, टू बी ऑनेस्ट, है ना, चाहे तुसी कोई किसी ना भी काम कर लो, जिन्ना भी काम कर लो, तुहानू कोई सपोर्ट नहीं करूगा, जो तुहानू लोड़ है जो उन्हां नू काम दी लोड़ है देन दे विल बी देयर। ओके, जे हुण तुहानू मौका मिले वापस सारा नाल पैचअप करन दा और बिग बॉस दे घर विच जाके कहा जावे कि तुसी पैचअप कर लो, इदां दा कोई मौका मिलदा कि तुसी करोगे सारा दे नाल? नहीं मैम, इदां दा हुण साडी गल ना बहुत ज्यादा हो चुकी है, जो भी होया है ना, आई डोंट नो कि किद्दां होई किद्दां नहीं होई, सो हुण पुछना चाहो ਤੁਸੀਂ ਉਹਨੂੰ ਪੁੱਛਣਾ ਚਾਹੋਗੇ ਕਿ ਝੂਠ ਕਿਉਂ ਬੋਲਿਆ ਜਾ ਰਿਹਾ ਹੈ ਜਾਂ ਕਿਉਂ ਨਹੀਂ ਇਹ ਕਨਫੈਸ ਕੀਤਾ ਜਾ ਰਿਹਾ ਕਿ ਉਹਨਾਂ ਦੀ ਮੈਰਿਜ ਹੋ ਚੁੱਕੀ ਹੈ? ਮੈਨੂੰ ਤਾਂ ਰੀਜ਼ਨ ਪਤਾ ਹੀ ਹੈ ਨਾ ਵੀ ਕੀ ਹੋਇਆ, ਲਾਈਕ ਸ਼ੇਮ ਪਿੱਛੇ, ਰਾਈਟ, ਕਿ ਉਹਨਾਂ ਦੀ ਮੈਂਟੈਲਿਟੀ ਆ ਕਿ ਹਾਂ ਜੇ ਪਤਾ ਲੱਗ ਗਿਆ ਜਾਂ ਜੋ ਵੀ ਆ, ਲਾਈਕ ਯੂ ਨੋ ਫੈਨ ਫੋਲੋਇੰਗ ਨਾ ਕਰ ਜੇ, ਸੋ ਦੈਟਸ ਦਾ ਰੀਜ਼ਨ ਪ੍ਰੀਟੀ ਮੱਚ ਬਿਹਾਈਂਡ ਇਟ, ਬਟ ਹਾਂ ਜੇ ਕਹੋਗੇ ਕਿ ਕਨਫਰੰਟ ਕਰੋ, ਲਾਈਕ ਯਾ ਆਈ ਕੈਨ ਕਨਫਰੰਟ ਇਨ ਫਰੰਟ ਆਫ ਹਰ, ਯੂ ਨੋ, ਸੋ ਬਟ ਇਹ ਨਹੀਂ ਹੈਗਾ ਕਿ ਕੋਈ ਪੈਚਅਪ ਵਗੈਰਾ ਦਾ ਹੋਊਗਾ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡਾ 21 ਸਾਲ ਗਾਣਾ ਅੱਜ ਰਾਤੀ ਰਿਲੀਜ਼ ਹੋ ਰਿਹਾ ਹੈ, ਉਹਦੀਆਂ ਦੋ ਲਾਈਨਾਂ ਅਸੀਂ ਸੁਣ ਸਕਦੇ ਹਾਂ? ਮੈਮ ਅੱਜ ਹੋ ਰਿਹਾ, ਪਲੀਜ਼ ਆਪਾਂ ਇਹ ਰਹਿਣ ਦਿਓ, ਉਦਾਂ ਪੁੱਛ ਲਓ ਕਿੰਨੇ ਲਿਖਿਆ ਕਿੰਨੇ ਨਹੀਂ, ਆਈ ਡੋਨਟ ਲਾਈਕ ਟੂ, ਹੈ ਨਾ, ਜੇ ਉਹ ਪਹਿਲਾਂ ਆ ਗਈ ਆਈ ਵਾਂਟ ਦੈਮ ਟੂ ਗਾਣਾ ਸੁਣੋ। ਦੋ ਲਾਈਨਾਂ ਫੈਨਸ ਦੇ ਲਈ, ਦਰਸ਼ਕਾਂ ਲਈ, ਰਿਲੀਜ਼ ਤਾਂ ਹੋ ਹੀ ਜਾਣਾ ਹੈ। ਮੈਡਮ ਜੀ ਦਾ ਸੁਣ ਲਓ, ਮੈਡਮ ਜੀ ਦਾ, ਮੈਡਮ ਜੀ ਦਾ ਸੁਣਾ ਦਿਓ। ਹਾਂਜੀ ਠੀਕ ਹੈ, ਮੇਰੀ ਆਵਾਜ਼ ਬੈਠੀ ਹੋਈ, ਦਿਨ ਨੂੰ ਮੈਂ ਬੈਠਾ ਸਾਰੀ ਰਾਤ ਲੱਗ ਜਾਊ, ਬੋਲ ਕੇ ਸੁਣਾਵਾਂ ਤੇਰੀ ਵਾਟ ਲੱਗ ਜਾਊ, ਜਿਨ੍ਹਾਂ ਪਿੱਛੇ ਛੱਡਿਆ ਉਹ ਛੱਡ ਜਾਣਗੇ, ਫੇਰ ਤੈਨੂੰ ਪਤਾ ਨਹੀਂ ਔਕਾਤ ਲੱਗ ਜਾਊ, ਉੱਥੇ ਮੈਂ ਲਿਆਇਆ ਜਿੱਥੇ ਲੱਗਣਾ ਨਾ ਵੀਜ਼ਾ ਸੀ, LV ਦਾ ਬੈਗ ਵਿੱਚ ਪੈਸਾ ਦੱਸ ਕਿਹਦਾ ਸੀ ਜੋ ਪਾਰ ਹੋ ਗਿਆ, ਉਹ ਤੇਰੀ ਲਾਈਫ ਸਾਰੀ ਹੱਥੋਂ ਸੈੱਟ ਕਰਕੇ, ਛੱਡਤੀ ਤੂੰ ਲੋਕਾਂ ਨਾਲ ਬੈਠ ਕਰਕੇ, ਨੀ ਮਾੜਾ ਯਾਰ ਹੋ ਗਿਆ, ਮਾੜਾ ਯਾਰ ਹੋ ਗਿਆ, ਵੈਰੀ ਨਾਈਸ, ਕਿਆ ਬਾਤ ਹੈ। ਹਾਂਜੀ ਹਾਂਜੀ, ਅਸੀਂ ਸੁਣਿਆ ਤੁਹਾਡਾ ਅਗਲਾ ਇੱਕ ਗਾਣਾ ਆ ਰਿਹਾ ਡੈਮੇਜ, ਉਹਦੇ ਬਾਰੇ ਸਾਨੂੰ ਥੋੜਾ ਦੱਸੋ। ਡੈਮੇਜ ਹੈ ਜੀ, ਬਹੁਤ ਸੋਹਣਾ ਰੋਮਾਂਟਿਕ ਸੌਂਗ, ਲਾਈਕ ਯੂ ਨੋ ਉਹ
ਆਈ ਹੋਪ ਕਿ ਨਾ ਸਾਰੇ ਲਾਈਕ ਗਰਲਸ ਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ ਕਿ ਉਹ ਕੁੜੀ ਨੂੰ ਕਹਿ ਰਹੇ ਆ ਕਿ ਨੋ ਕਿ ਲਾਈਕ ਡੈਮੇਜ ਤੂੰ ਕਰਤੇ ਕੁਆਰੇ ਲਾਈਕ ਇਟਸ ਰੀਲੀ ਵੈਰੀ ਗੁੱਡ ਰੋਮਾਂਟਿਕ ਬੀਟ ਤੇ ਬਹੁਤ ਸੋਹਣਾ ਲਿਖਿਆ ਹੋਇਆ ਗਾਣਾ ਰੋਮਾਂਟਿਕ ਸੌਂਗ ਐਂਡ ਟਾਈਟਲ ਡੈਮੇਜ ਕੰਟਰਡਿਕਟ ਕਰ ਰਿਹਾ ਹੈ ਹਾਂਜੀ ਉਹ ਕੁੜੀਆਂ ਡੈਮੇਜ ਕਰ ਦਿੰਦੀਆਂ ਨਾ ਕਾਫੀ ਮੁੰਡਿਆਂ ਨੂੰ ਆਪਣਿਆਂ ਨੂੰ ਹਾਂਜੀ ਜੀ ਤੁਹਾਡਾ ਇੰਡੀਆ ਆਉਣ ਦਾ ਪਲਾਨ ਕਦੋਂ ਦਾ ਹੈ ਇੰਡੀਆ ਲੈਟ ਸੀ ਯੂ ਨੋ ਹੁਣ ਹੁਣ ਹੈਗੇ ਕਾਫੀ ਪ੍ਰੋਜੈਕਟ ਜਿਹੜੇ ਇੰਡੀਆ ਦੇ ਆਰਟਿਸਟਾਂ ਵੀ ਆਪਣੇ ਰੈਡੀ ਆ ਤੇ ਕੁਛ ਹੈਗੇ ਵੀਡੀਓਜ਼ ਕਰਨੀਆਂ ਤੇ ਬਹੁਤ ਜਲਦੀ ਇੰਡੀਆ ਵੀ ਆ ਰਹੇ ਸੋ ਉਮੀਦ ਕਰਦੇ ਹਾਂ ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਸਕਸੈਸਫੁਲ ਰਹਿਣ ਔਰ ਥੈਂਕ ਯੂ ਤੁਹਾਡਾ ਦੈਨਿਕ ਸਵੇਰਾ ਦੇ ਨਾਲ ਜੁੜਨ ਦੇ ਲਈ ਥੈਂਕ ਯੂ ਫੋਰ ਹੈਵਿੰਗ ਮੀ ਥੈਂਕ ਯੂ ਸੋ ਇਹ ਸੀ ਤੁਸ਼ਾਰ ਕੁਮਾਰ ਜੋ ਸਾਡੇ ਨਾਲ ਜੁੜੇ ਅਮਰੀਕਾ ਤੋਂ ਜਿਨ੍ਹਾਂ ਨੇ ਦੱਸਿਆ ਸਾਰਾ ਤੇ ਆਪਣੇ ਵਿਆਹ ਦੇ ਸੱਚ ਦੇ ਬਾਰੇ ਹੁਣ ਦੇਖਣਾ ਇਹ ਹੋਏਗਾ ਕਿ ਬਿਗ ਬੌਸ ਦੇ ਵਿੱਚ ਤੁਸ਼ਾਰ ਦੀ ਐਂਟਰੀ ਕਦੋਂ ਹੁੰਦੀ ਹੈ ਤੇ ਕੀ ਸਾਰਾ ਬਿਗ ਬੌਸ ਦੇ ਵਿੱਚ ਇਸ ਸੱਚ ਨੂੰ ਦੱਸਦੀ ਹੈ ਜਾਂ ਨਹੀਂ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84-374-94-647 84-374-94-648 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਸ